ਅਸੀਂ ਪੰਜਾਬੀਆਂ ਨੂੰ ਈ ਗਵਰਨੈਂਸ ਦੇਣ ਦਾ ਵਾਅਦਾ ਕੀਤਾ ਸੀ। ਆਨਲਾਈਨ ਸਭ ਕੁਝ ਹੋਵੇ, ਖਜਲ ਖੁਆਰੀਆਂ ਧੱਕੇ ਜਿਹੜੇ ਦਫ਼ਤਰਾਂ 'ਚ ਹੁੰਦੇ ਨੇ ਉਹ ਘਟਣ। ਇਸ ਤੋਂ ਪਹਿਲਾਂ ਅਸੀਂ ਬਹੁਤ ਸਾਰੀਆਂ ਜਿਹੜੀਆਂ ਵਿਭਾਗਾਂ ਦੀਆਂ ਜਾਣਕਾਰੀਆਂ ਨੇ ਜਾਂ ਉਹਨਾਂ ਨੂੰ ਅਪਲਾਈ ਕਰਨ ਦੇ ਤਰੀਕੇ ਨੇ ਉਹ ਡਿਜੀਟਲ ਕਰ ਚੁੱਕੇ ਹਾਂ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਭਾਰਤ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਅਸੀਂ ਪੰਜਾਬ ਪੁਲਿਸ ਨੂੰ ਜਿਹੜੀਆਂ ਆਨਲਾਈਨ ਤੁਸੀਂ ਸ਼ਿਕਾਇਤਾਂ ਦਰਜ ਕਰਾ ਸਕਦੇ, ਉਸ ਸ਼ਿਕਾਇਤ ਦੀ ਕਾਪੀ ਲੈ ਸਕਦੇ ਹੋ। ਜਦੋਂ ਉਹ ਸ਼ਿਕਾਇਤ 'ਤੇ ਕੋਈ ਨਿਪਟਾਰਾ ਹੋ ਗਿਆ ਉਹ ਵੀ ਤੁਹਾਨੂੰ ਘਰ ਮਿਲ ਜੂਗੀ। ਕੋਈ ਉਸ ਸ਼ਿਕਾਇਤ ਪ੍ਰਤੀ ਪੁੱਛਗਿੱਛ ਹੋਈ ਤਾਂ ਤੁਹਾਨੂੰ ਬੁਲਾ ਲਿਆ ਜਾਊਗਾ ਸੰਬੰਧਿਤ ਥਾਣੇ 'ਚ ਜਾਂ ਜਿੱਥੇ ਵੀ। ਅਤੇ ਜੇ ਤੁਸੀਂ ਉਸ ਇਨਕੁਆਇਰੀ ਤੋਂ ਸੰਤੁਸ਼ਟ ਨਹੀਂ ਹੋ ਤਾਂ ਤੁਸੀਂ ਦੁਬਾਰਾ ਅਪੀਲ ਕਰ ਸਕਦੇ ਹੋ। ਅਤੇ ਆਨਲਾਈਨ ਜਿਹੜਾ ਪੰਜਾਬ ਪੁਲਿਸ ਨੇ ਅੱਜ ਜਾਰੀ ਕੀਤਾ ਹੈ ਕਿ ਤੁਸੀਂ ਘਰ ਬੈਠੇ ਜਿਹੜੀ ਹੈ ਕੰਪਲੇਂਟ ਕਰ ਸਕਦੇ ਹੋ, ਉਸ ਕੰਪਲੇਂਟ ਦੀ ਕਾਪੀ ਲੈ ਸਕਦੇ ਹੋ ਅਤੇ ਉਸ ਕੰਪਲੇਂਟ ਦਾ ਸਟੇਟਸ ਅਤੇ ਜਦੋਂ ਉਹਦਾ ਨਿਪਟਾਰਾ ਹੋ ਗਿਆ ਉਹ ਸਾਰਾ ਕੁਝ ਤੁਹਾਨੂੰ ਘਰ ਮਿਲੂਗਾ। ਤਾਂ ਕਿ ਤੁਹਾਡੀਆਂ ਕਾਫੀ ਥਾਣਿਆਂ ਦੀਆਂ ਜਿਹੜੀਆਂ ਖੱਜਲ ਖੁਆਰੀਆਂ ਜਿਹੜੀਆਂ ਨੇ ਉਹ ਕਰ ਸਕਣ। ਸਾਡੀ ਇਹੀ ਤਮੰਨਾ ਕਿ ਅਸੀਂ ਜਿੰਨਾ ਹੋ ਸਕੇ ਜਿਹੜਾ ਪੰਜਾਬ ਦੀ ਗੌਰਮੈਂਟ ਨੂੰ ਅਪਡੇਟਡ ਡਿਜੀਟਲ ਕਰਦੇ ਜਾਈਏ।